हेलो गाइस, वेलकम टू बैक ऑन माय यूट्यूब चैनल। मैं ਤੁਹਾਡਾ ਆਪਣਾ ਦੀਪ। ਇਟ ਇਜ਼ ਅ ਨਿਊ ਨਿਊ ਵਲੌਗ ਤੇ ਦੋਸਤੋ ਅੱਜ ਦਾ ਵਲੌਗ ਹੈਗਾ। ਮੈਂ ਪਟਿਆਲੇ ਸੀਗਾ ਤੇ ਮੇਰਾ ਫਰੈਂਡ ਤੇ ਮੇਰੇ ਨਾਲ ਆ ਰਿਹਾ ਤੇ ਉਹਦੇ ਨਾਲ ਮੈਂ ਜੇ ਵੀ ਘੁੰਮਾਂ ਤੇ ਜਾਊਂਗਾ, ਜੋ ਵੀ ਕਰੂੰਗਾ ਤਾਂ ਤੁਹਾਨੂੰ ਦਿਖਾਊਂਗਾ। ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਵੀਡੀਓ ਨੂੰ ਲਾਈਕ ਕਰੋ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ, ਕਿਉਂਕਿ ਅਗਰ ਕੋਈ ਵੀ ਤੁਹਾਨੂੰ ਥੋੜਾ ਟਾਈਮ ਵਿੱਚ ਬੋਰਿੰਗ ਲੱਗੇ ਤਾਂ ਉਹਨੂੰ ਅੱਗੇ ਕੱਟ ਕੇ ਜ਼ਰੂਰ ਦੇਖਣਾ। ਪਲੀਜ਼ ਦੋਸਤੋ, ਮਿਲਦੇ ਆ ਵਲੌਗ ਦੇ ਵਿੱਚ। ਇਸੇ ਤਰ੍ਹਾਂ ਮੇਰੇ ਚੈਨਲ ਨੂੰ ਪਿਆਰ ਦਿੰਦੇ ਰਹੋ। ਓਕੇ ਬਾਅਦ ਦੇ, ਚਲੋ ਅੱਜ ਦੋਸਤੋ ਮਿਲਦੇ ਆ ਵੀਡੀਓ ਵਿੱਚ। ਓਕੇ हेलो हाँ जी दोस्तों, अज से 22 नंबर के जगी स्पीड्स से आ मेरे नाल देख सकते हो जोत सिंह गवारा साहब आ चुके हैं। अच्छे पटियाले आए हैं मेरे लवे तो नाल अपने वो भी मुंडा नहीं अपना जोता है पूरा तो इधर समान देख सकते जी आ सारा ये असं हम खाली करता। एक चीज बचे बचा आह बच गया, ये खुशिया लै गया इस लोहे मिठाई का, यह लै गया अभी खुशिया आह बैठा खुशिया। ये हम अभी उरे आए इस बाद खुशी की शॉपिंग करनी है मॉल जाके, तो मॉल के शॉपिंग करने तो बाद फिर अभी माड़ा मोटा होर काम करा, क्योंकि अच्छे थोड़ा बिजी थे तो कुछ कहता भुख लगी ना मुंडिया कैप्चिन वाला पूरा हुआ। तो फिर ये कहें भी क्योंकि खुशी ने फिर जाना दो तीन दिन में आस्ट्रेलिया, यह थोड़ा हम अच्छे ब्लॉग मुंडा दिखाता दुबारे दुआ दिखा। बाकी आह देखो साढ़ा आह कि परले पास बैठा आह पीता इन्हें नींबू नूंबू से, आह देख लो जगह स्वीट का नींबू नूंबू पीता है, आह आपने आह पीता जी इन्हें इन्हें ही मेरे ना आह पीता जी। तो बाकी आह समान आह चाइनीज फूड ये परले का साडा बर्गर से चाइनीज सा बर्गर खुशी का तो पता नहीं सारे पास ला गया चमचे हाँ बैठा ये सारे का समान खा गया। फिर थलो टिक्की पवा लिया आया, फिर आ लिया लगा चे भी इतने सागन पा गया इन्होंने मिठा दो गुलाब जामना खा गया, आ दो बाकी समान बच गया। जे किसी ने होम डिलीवरी करवानी है सू दस दो कमेंट कर दो, आ दो बच गए भेज देंगे ठीक है। चल ओके दोस्तों 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 ये जगी स्पीड 22 नंबर के उपर है ना इतने खुशी करके मैं बना लग गया नहीं इन्ने वाले कितने आप कुलचा खाना जी करके आप देख लो इधर भी देख दी पर चंगी स्पीड से ठीक है। मेरे लोग सारे बिजी ने आप ग्रुपां दे विच आए हुए ने, हाँ ग्रुपां दे विच आए हुए ने आके सारे आप समान च लगे हुए ने ठीक है। आप मका था ਬਾਈ ਹੁਣੇ ਜੀ ਬੈਠਾ ਤੇ ਇੱਥੇ ਜੋੜੀਆਂ ਜਗ ਥੋੜੀਆਂ ਨੇ, ਇੱਥੇ ਤਾਂ ਬਹੁਤ ਜੋੜੀਆਂ ਨੇ, ਇੱਥੇ ਰੰਨੜੇ ਸੀ ਕੱਲਿਆਂ ਵਿੱਚ ਜੀ। ਆ ਇਹ ਕੈਪਚੀਨੋ ਦੀ ਆਸ ਦੇ ਵਿੱਚ ਬੈਠਾ, ਉਹਦੀ ਮਠਿਆਈ ਵੀ ਰੱਖੀ ਬੈਠਾ ਤੇ ਇੱਧਰ ਉਹ ਦੇ ਲੈ ਲੈ ਉਹਨੂੰ ਕੀ ਕਰਨਾ ਹੁੰਦਾ ਕੀ ਕਰਨਾ ਉਹ ਫੋਟੋ ਖਿੱਚੂਗਾ ਉਹ ਭੁੰਡੀ ਛੱਡ ਦੇ ਯਾਰ ਹੁਣ ਤਾਂ ਮੁੱਕ ਗਿਆ ਇਹ। ਲੈ ਵੀ ਕੈਪਚੀਨੋ ਆ ਗਿਆ, ਕੈਪਚੀਨੋ ਦੇ ਵਿੱਚ ਹੁਣ ਮਿੱਠਾ ਦੇਖ ਸਕਦੇ ਹੋ, ਮਿੱਠਾ ਘੋਲ ਲਿਆ ਇੱਕ ਇੱਕ ਪੁੜੀਆ ਬਾਈ ਇੱਕ ਹੋਰ ਪਾ ਗੁਜੀ ਇੱਕ ਹੋਰ ਪਾ ਬਾਈ ਤਾਂ ਕਹਿੰਦਾ ਇੱਕੇ ਪਾਉਣੀ ਚੱਲ ਹੁਣ ਇਹ ਹੋ ਰਿਹਾ ਫੋਟੋ ਸ਼ੂਟ ਦੇਖ ਸਕਦੇ ਹੋ। ਉਹ ਕਹਿੰਦਾ ਵੀ ਮਾੜੀ ਫੋਟੋ ਕਹਿੰਦੇ ਮੇਰੀ ਅਤੇ ਬਸ ਹੁਣ ਕੰਮ ਫਿਨਿਸ਼ ਪਾਰਟੀ ਫਿਨਿਸ਼ ਹੋਣ ਵਾਲੀ ਆ ਇਦੋਂ ਮਗਰੋਂ ਫਿਰ ਹੁਣ ਆਪਾਂ ਚੱਲਣ ਲੱਗਿਆ ਵਾ ਠੀਕ ਹੈ। ਅਤੇ ਮੁੰਡਿਆਂ ਨੇ ਪੀ ਲਿਆ ਨਿੰਬੂ ਨੂੰ ਬੋਲੇ ਪਾਣੀ ਸਾਰੇ ਰੱਜ ਗਏ ਇੱਥੇ ਦੁਬਾਰੇ ਫਿਰ ਆ ਹੁਣ ਕਹਿੰਦੇ ਪੋਰਟਰੇਟ ਕਰਕੇ ਪਤਾ ਨਹੀਂ ਕਿਹੜੀ ਪੋਰਟਰੇਟ ਫੋਟੋ ਹੋ ਰਹੀ ਹੈ ਨੇ ਉਹ ਦੇਖ ਸਕਦੇ ਹੋ। ਅਤੇ ਫਿਰ ਹੁਣ ਆਪਾਂ ਚੱਲਦੇ ਹਾਂ ਅਤੇ ਇੱਕ ਰਿਕੁਐਸਟ ਸਾਰੇ ਗਾਈਜ਼ ਦੇ ਨਾ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਐਂਡ ਤੱਕ ਦੇਖੋ ਅਤੇ ਵੀਡੀਓ ਨੂੰ ਲਾਈਕ ਕਰੋ ਪਲੀਜ਼। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਆਪ ਜੀ ਮੇਰੇ ਚੈਨਲ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਦੋਸਤੋ, ਇਸੇ ਤਰ੍ਹਾਂ ਪਿਆਰ ਬਣਾਈ ਰੱਖਿਓ ਠੀਕ ਹੈ। ਤੁਹਾਨੂੰ ਵਧੀਆ ਵਧੀਆ ਬਲੌਗ ਪਾਵਾਂਗੇ ਅਤੇ ਹੁਣ ਆਪਾਂ ਕੰਟੀਨਿਊ ਬਲੌਗ ਪਾਉਣੇ ਨੇ, ਥੋੜ੍ਹੀ ਘਰ ਪ੍ਰੋਬਲਮ ਡੈਥ ਹੋ ਗਈ ਉਹਦੇ ਕਰਕੇ ਨਹੀਂ ਪਾ ਰਹੇ ਸੀਗੇ ਬਲੌਗ, ਬਟ ਹੁਣ ਆਉਣਾ ਟਾਈਮ ਵਿੱਚ ਤੁਹਾਨੂੰ ਕੰਟੀਨਿਊ ਸਾਰੇ ਬਲੌਗ ਮਿਲ ਜਾਣੇ। ਹਾਂ ਮਗਰ ਕਹਿੰਦੇ ਗੱਡੀ ਲਾਤੀ ਸੀ ਅਤੇ ਹੁਣ ਆਪਾਂ ਗੱਡੀ ਕੱਢਣੀ ਵਾਲੇ ਅਤੇ ਜਾਮੋ ਜਾਮ ਹੋਇਆ ਪਿਆ ਕੰਮ, ਇਹ ਆ ਗੱਡੀ ਕੱਢ ਲਓ ਫਿਰ ਆਪਾਂ ਚੱਲਦੇ ਹਾਂ ਦਿਮਾਗ ਠੀਕ ਹੈ। ਚੱਲ ਕਰ ਆਪਾਂ ਬੈਠੀਏ ਅਤੇ ਦਿਮਾਗ ਰੋ ਫਿਰ ਤੁਹਾਨੂੰ ਅੱਗੇ ਵੀਡੀਓ ਦਿਖਾਉਣੀ ਆ ਯੂਟਰ ਨੂੰ हाँ जी। लै भी दोस्तों आप पहुँच गए हैं मैक्स मॉल तो हूँ आप इतने को कर दें क्योंकि उधर गड्डी दूर कढ़ानी पी क्योंकि अज माता का उरे मेला हो गया करके कहना गड्डिया राह बंद सी तो हूँ आप जाके काम फिर वह करके फिर उदू मगर थोड़ा माड़ा मोटा दिखाने तो करते ठीक है। आप आ गए हम मैक्स मॉल के बच्चे एंटर हो चुके हैं तो हूँ इदू माड़ा जा हो तो जाइए फिर उदू मगर ਮਾਹੌਲ ਦਾ ਤੇ ਮਾਹੌਲ ਦੇ ਫਿਰ ਹੈਂ
ਦੋ ਤੋਏ ਪਟਿਆਲੇ ਮਾਲ ਦੇ ਵਿੱਚ ਕਹਿੰਦਾ ਇੱਕ ਸਪਾ ਉਹ ਸਪਾ ਸੈਂਟਰ ਜੇ ਤੁਸੀਂ ਸਪਾ ਕਰਾਉਣਾ ਹੋਵੇ ਰਿਲੈਕਸੇਸ਼ਨ ਦੇ ਦਿੰਦੇ ਨੇ ਪੂਰੀ ਇੱਥੇ ਤੁਸੀਂ ਆ ਸਕਦੇ ਹੋ ਮੰਨ ਲਓ 1,200 ਰੁਪਈਆ ਲੈਂਦੇ ਨੇ ਇਹ ਬਹੁਤ ਵਧੀਆ ਰਿਲੈਕਸੇਸ਼ਨ ਪੂਰਾ ਐਨ ਸਰੀਰ ਨੂੰ ਕਰਦੇ ਨੇ ਬਹੁਤ ਠੀਕ ਹੈ ਬਾਕੀ ਆਹ ਦੇਖ ਸਕਦੇ ਹੋ ਆਹ ਜਨਤਾ ਖੜੀ ਆ ਇਹ ਫੋਨ 'ਤੇ ਉਲਝ ਗਿਆ ਇੱਕ ਉਹ ਖੜਾ ਦੇਖ ਲਓ ਇਹ ਸਪਾ ਸੈਂਟਰ ਬਾਅਦ ਫੋਟੋਆਂ ਦੇਖਦੇ ਨੇ ਉਹ ਜਿਹੜੀਆਂ ਲੱਗੀਆਂ ਹੋਈਆਂ ਨੇ ਮੈਨੂੰ ਲੈ ਕੇ ਜਾਂਦੇ ਬਾਅਦ ਇੱਥੋਂ ਦੋ ਇੱਕ ਗੱਲ ਦੱਸਿਆ ਨਾ ਆਖੋ ਜੀ ਇੱਥੇ ਕਹਿੰਦਾ ਮੈਂ ਕਹਿੰਦਾ ਗਰਮੀ ਆਉਂਦੀ ਆ ਵੀ ਪਰਫਿਊਮ ਲਾਉਣਾ ਸੀ ਦੁਕਾਨ 'ਤੇ ਚਲੇ ਆਰਚਰੀ ਵਾਲਿਆਂ ਦੇ ਚਲੇ ਗਿਆ ਆਰਚਰੀ ਉੱਥੇ ਜਾ ਕੇ ਪਰਫਿਊਮ ਲਾਉਣ ਲੱਗ ਗਿਆ ਉਹ ਬਾਈ ਮਾਰ ਕਰ ਦਿਆ ਗਿਆ ਬਸ਼ਰਮਗੀ ਦੇ ਮਾਰੇ ਨੂੰ ਆਹ 600 ਰੁਪਈਏ ਦੀ ਸਪਰੇਅ ਪੈ ਗਈ ਇੱਕ ਸਪਰੇਅ 600 ਰੁਪਈਏ ਦੀ ਆਹ ਫਿਰਦੇ ਨੇ ਦੋ ਲਵੇ ਖੜੇ ਸੀ ਮੈਂ ਤਾਂ ਮਗਰਲੇ ਪਾਸੇ ਦੀ ਉਹਨੇ ਸਰੀਰ ਦੇਖਿਆ ਉਹ ਕਹਿੰਦਾ ਬਾਈ ਇਹ ਲਾਉਣਾ ਪਿੰਡੇ ਦੇ ਸਰੀਰ 'ਤੇ ਨਹੀਂ ਲਾਉਣਾ ਹਾਰ ਕੇ ਨਾ 600 ਰੁਪਈਏ ਦਾ ਸਪਰੇਅ ਲੈਣਾ ਆਹ ਖੜਾ ਹੁਣ ਦੇਖ ਲਓ ਮਾਹੌਲ ਕਿਹਾ ਨਾਈਟ ਕਲੱਬ ਆਏ ਕਲੱਬ 'ਚ ਪਹੁੰਚ ਗਏ ਹੁਣ ਅਸੀਂ ਮਗਰੋਂ ਬਾਅਦ 'ਚ ਇੱਕ ਬੰਦਾ ਸਾਡਾ ਬੋਤਲ ਲੈਣ ਗਿਆ ਹੋਇਆ ਲੈ ਵੀ ਦੋ ਤੋਂ ਲੱਗ ਗਿਆ ਮੈਚ ਦੇਖ ਸਕਦੇ ਤੁਸੀਂ ਇਹ ਉਹ ਚੱਲ ਲੈ ਆਹ ਦੇਖੋ ਆਹ ਦੇਖ ਸਕਦੇ ਹੋ ਇਹ ਪੁਲਿਸ ਸਾਹਿਬ ਇਹ ਮੈਚ ਚੱਲਣਾ ਚਾਹੀਦਾ ਤੁਸੀਂ ਵੀ ਇਹ ਐਕਟੀਵਿਟੀ ਕਰ ਸਕਦੇ ਹੋ ਇੱਥੇ ਮਾਲ ਦੇ ਵਿੱਚ ਆ ਕੇ ਕਹਿੰਦਾ ਇਹ 70 ਰੁਪਈਜ਼ ਦੇ ਵਿੱਚ ਹਾਫ ਐਨ ਆਵਰ 'ਚ ਖੇਡੀ ਜਾਂਦੀ ਆ ਉਹ ਰਹਿਣ ਦੋ ਤੁਸੀਂ 12 ਡਿਗਰੀ ਖੇਡਣ ਵਾਲੀ ਜਨਤਾ ਕਿੱਥੇ ਆ ਗਈ ਇੱਥੇ ਉਹ ਬੱਲੇ ਹੋਏ ਲੈ ਖਾ ਦੇ ਦੇਖ ਲਓ ਪੇਂਡੂ ਜਨਤਾ ਵਾਲੀ ਕਿੱਥੇ ਲਹੂ ਪੀਂਦੀ ਆ ਕੇ ਇਹਨਾਂ ਨੂੰ ਤਾਂ ਮਾਲ 'ਚ ਬੈਨ ਹੋਣਾ ਚਾਹੀਦਾ ਗੇਟ 'ਤੇ ਇਹਨਾਂ ਦੀ ਉਹ ਜਨਤਾ ਕਿੱਥੇ ਸਾਲੀ ਕਾਮਲੀ ਜਨਤਾ ਨਾ ਲਿਆਂਦੀ ਤੁਸੀਂ ਮੇਰੇ ਗੱਲ ਪਾ ਗਿਆ ਜਨਤਾ ਨੂੰ ਇੱਥੇ ਵਾਲੇ ਨੂੰ ਸਾਂਭੀ ਚੱਲੋ ਹੁਣ ਇਹਨਾਂ ਨੂੰ ਮਾਰਨੀ ਨਹੀਂ ਆਉਂਦੀ ਹੈਗੀ ਪਹਿਲੀ ਗੱਲ ਤਾਂ ਹੁਣ ਤੱਕ ਇੱਕ ਵੀ ਬਾਲ ਨਹੀਂ ਪਈ ਜਾ ਲਹੂ ਪੀਤਾ ਪਿਆ ਦੇਖ ਲਾ ਕਿਸੇ ਨੂੰ ਦੇਖ ਲਾ ਕੋਈ ਕਿਤੇ ਨਹੀਂ ਬਹਿੰਦੀ ਹੋਈ ਉਹਨੇ ਆਵਾਂ ਭਜਾਈ ਕਰਦੇ ਨੇ ਉਹਨਾਂ ਨੂੰ ਬਾਈ ਨੇ ਟਾਈਮ ਕਰ ਯਾਰ ਇਹਨਾਂ ਦਾ ਲੈ ਉਹ ਬਹੁਤ ਆਹ ਚੱਲ ਪਿਆ ਮੈਚ ਜਿਹਨੇ ਇਹਨੇ ਖੇਡਣਾ ਆ ਜਾਓ ਆਹ ਦੇਖ ਪੂਨੀ ਆਹ ਉੱਧਰ ਮੋਰਾ ਵਾਲੀ ਵਾਲਾ ਦੇਖ ਚੱਲ ਦਿਨ ਹੋ ਗਏ ਘੱਟੋ ਘੱਟ 25 ਮਿੰਟ ਕੰਮ ਪੂਰਾ ਜ਼ੋਰ ਆਉਂਦਾ ਦੇਖੋ ਇੱਧਰ ਹੋ ਸਕਦਾ ਇੱਕ ਵਾਰੀ ਪਈ ਹੁਣ ਤੱਕ ਫਾਉਲ ਲਈ ਤੇਰੇ ਸਾਰੇ ਇੱਕ ਵਾਰੀ ਪਈ ਅੱਜ ਲੈ ਸ਼ਾਟ ਦੇਖ ਲੈ ਲੈ ਆਹ ਦੇਖ ਲਓ ਸ਼ਾਟ ਦੇਖ ਲੈ ਆਹ ਦੇਖ ਲਓ ਗੇਮ ਇਹਨਾਂ ਦੀ ਬੇਕਾਰ ਚਮੇ ਸਲਾਂ ਜਲੂਸ ਕੱਢਿਆ ਪਿਆ ਰੇ ਲੈ ਦੇਖਿਓ ਆਹ ਤੁਹਾਨੂੰ ਦਿਖਾਉਣਾ ਇਹਦਾ ਸ਼ਾਟ ਆ ਦੇਖ ਲੈ ਲਾ ਲੈ ਦੇਖੋ ਲਾ ਲਾ ਕੀ ਪੈ ਗਿਆ ਦੇਖ ਜਮੇ ਨਹੀਂ ਯਾਰ ਇੱਕ ਵਾਰੀ ਪਈ ਤੇ ਜਲੂਸ ਲੈ ਆਹ ਆਹ ਤਾਂ ਉਈ ਤਾਂ ਅੰਨਿਆਂ ਵਾਂਗੂ ਚੱਲਦਾ ਇਹਦੇ ਦੇਖ ਲੈ ਲੈ ਦੱਸੋ ਜਾ ਯਾਰ ਚੱਲ ਯਾਰ ਤੂੰ ਬੰਦੇ ਵਾਂਗੂ ਖੇਡ ਜਾ ਖੇਡਣਾ ਉਈ ਯਾਰ ਪੁੰਡੀ ਰੂੰਡ ਪਾਉਣਾ ਦੋ ਤੋਂ ਹੈਗਾ ਪਾਰਕਿੰਗ ਏਰੀਆ ਇੱਧਰ ਪਾਰਕਿੰਗ ਆਹ ਮਾਲ ਦਾ ਉਹ ਗੇਟ ਆ ਜਿਹੜਾ ਹਾਲੇ ਖੁੱਲਿਆ ਨਹੀਂ ਹੈਗਾ ਹੈਲੋ ਹਾਂਜੀ ਦੋਸਤੋ ਤੁਹਾਨੂੰ ਹੁਣ ਪਹਿਲਾਂ ਜੋ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਕਹਿੰਦਾ ਪਹਿਲਾਂ ਮੇਰਾ ਫਰੈਂਡ ਆਇਆ ਸੀ ਉਹਦੇ ਨਾਲ ਹੈ ਨਾ ਉਹਦੇ ਤੁਹਾਨੂੰ ਪਤਾ ਜੋ ਕੀਤਾ ਮੈਂ ਤੁਹਾਨੂੰ ਦਿਖਾ ਦਿੱਤਾ ਅਤੇ ਹੁਣ ਆਪਾਂ ਘਰ ਆ ਗਏ ਸੀ ਘਰ ਹਾਂ ਅਤੇ ਮਾਦੀ ਗੁਰੂ ਮੈਂ ਟੈਰਸ ਦੇ ਉੱਪਰ ਹੈਗਾ ਟੈਰਸ ਦੇ ਉੱਪਰ ਮੈਂ ਕਿਹਾ ਤੁਹਾਡੇ ਲਈ ਵੀਡੀਓ ਮੰਨ ਲਵੀ ਐਂਡ ਕਲੋਜ਼ਿੰਗ ਐਂਡਿੰਗ ਲਾਗ ਕਰ ਦੇਵਾਂ ਅਤੇ ਤੁਹਾਨੂੰ ਦੱਸ ਦੇਵਾਂ ਦੋਸਤੋ ਮੈਂ ਕੰਨ ਪੜ ਕੇ ਸੋਰੀ ਮੰਗਦਾ ਪਲੀਜ਼ ਮੈਂ ਵੀਡੀਓ ਕੰਟੀਨਿਊ ਨਹੀਂ ਰੱਖ ਸਕਿਆ ਬਿਕੋਜ਼ ਆਫ ਕਿਉਂਕਿ ਆਂਟੀ ਦੀ ਡੈਥ ਹੋ ਗਈ ਸੀ ਤਾਂ ਕਰਕੇ ਮੈਂ ਕੋਈ ਵੀਡੀਓ ਨਹੀਂ ਬਣਾਈ ਬਟ ਮੈਂ ਹੁਣ ਪ੍ਰੋਮਿਸ ਕਰਦਾ ਹੁਣ ਆ ਟਾਈਮ 'ਤੇ ਤੁਹਾਨੂੰ ਕੰਟੀਨਿਊ ਬਲੌਗ ਨਿਊ ਨਿਊ ਵੀਡੀਓ ਮਿਲਣੀ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਸ਼ੇਅਰ ਕਰੋ ਵੀਡੀਓ ਅਤੇ ਲਾਈਕ ਕਰੋ ਵੀਡੀਓ ਠੀਕ ਹੈ ਦੋਸਤੋ ਅਤੇ ਹੁਣ ਆਪਾਂ ਮਿਲਦੇ ਹਾਂ ਇਸ ਤੋਂ ਨੈਕਸਟ ਵੀਡੀਓ ਦੇ ਵਿੱਚ ਅਤੇ ਚਲੋ ਦੋਸਤੋ ਪਲੀਜ਼ ਆਪਣਾ ਪਿਆਰ ਬਣਾਈ ਰੱਖਿਓ ਅਗਰ ਕੋਈ ਪ੍ਰੋਬਲਮ ਆਈ ਹੋਵੇ ਤੁਹਾਡੇ ਮਨ ਦੇ ਵਿੱਚ ਕੋਈ ਡਾਊਟ ਹੋਵੇ ਵੀ ਇੱਦਾਂ ਇੱਦਾਂ ਤਾਂ ਪਲੀਜ਼ ਤੁਹਾਨੂੰ ਇਗਨੋਰ ਕਰਕੇ ਅੱਗੇ ਚੱਲਣਾ ਅੱਗੇ ਆਪਾਂ ਜੋ ਵੀ ਪ੍ਰੋਬਲਮ ਆਉਣੀ ਆ ਉਹ ਸੋਲਵ ਕਰਦੇ ਜਾਵਾਂਗੇ ਓਕੇ ਬਾਏ ਦੋਸਤੋ ਬਾਏ।